ਐਸਜੀਪੀਸੀ ਚੋਣਾਂ ਦੇ ਵਿੱਚ ਖਰੀਦੋ ਫਰੋਖਤ। ਮੇਰੇ ਘਰ ਆ ਕੇ ਕਹਿ ਰਿਹਾ ਵੀ ਜੀ ਵੋਟ ਜਿਹੜੀ ਆ ਇਹ ਸ਼੍ਰੋਮਣੀ ਅਕਾਲੀ ਦਲ ਤੋਂ ਖਿਲਾਫ ਜਿਹੜੇ ਖੜੇ ਉਹਨਾਂ ਨੂੰ ਪਾਉਣੀ ਆ। ਐਸਜੀਪੀਸੀ ਚੋਣਾਂ ਦੇ ਲਈ ਮੈਂਬਰਾਂ ਨੂੰ ਖਰੀਦਣ ਦੀ ਕੋਸ਼ਿਸ਼। 28 ਅਕਤੂਬਰ ਨੂੰ ਚੋਣਾਂ, 2 ਦਿਨ ਪਹਿਲਾਂ ਇਲਜ਼ਾਮ। ਅਕਾਲੀ ਦਲ ਅਤੇ ਬਾਗੀ ਧੜਾ ਫਿਰ ਆਮੋ ਸਾਹਮਣੇ। ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਦੇ ਵੱਡੇ ਇਲਜ਼ਾਮ। ਵਿਰੋਧੀ ਪਾਰਟੀਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨੇ। ਉਹਨਾਂ ਨੇ ਕਿਹਾ ਕਿ ਐਸਜੀਪੀਸੀ ਮੈਂਬਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਾਡੇ ਮੈਂਬਰਾਂ ਨੂੰ ਫੋਨ ਕਰਕੇ ਗੁੰਮਰਾਹ ਕੀਤਾ ਜਾ ਰਿਹਾ, ਸਾਡੇ ਇੱਕ ਮੈਂਬਰ ਨੂੰ ਪੈਸੇ ਦੀ ਵੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਆਰਐਸਐਸ, ਬੀਜੇਪੀ, ਆਪ ਅਤੇ ਕਾਂਗਰਸ ਸਾਰੇ ਇਹਨਾਂ ਚੋਣਾਂ ਦੇ ਵਿੱਚ ਮਿਲੇ ਹੋਏ ਨੇ, ਜੋ ਕਿ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ। ਸਾਰੇ ਮਿਲ ਕੇ ਐਸਜੀਪੀਸੀ ਮੈਂਬਰਾਂ ਨੂੰ ਖਰੀਦਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ। ਤੇ ਮੈਂ ਬਹੁਤ ਮਤਲਬ ਕਹਿ ਲਓ ਰਿਲਾਇਬਲ ਸੋਰਸ ਨਾਲ ਕਹਿ ਰਿਹਾ, ਇਹ ਇੱਕ ਐਸੀ ਸੰਸਥਾ ਆ, ਪਹਿਲੀ ਗੱਲ ਤਾਂ ਕੋਈ ਮੈਂਬਰ ਲੱਗ ਕੇ ਨਹੀਂ ਆਉਣ ਦਿੰਦਾ, ਖੁਦਾ ਨਾ ਖਾਸਦਾ ਕਿਸੇ ਨੂੰ ਪਰਮੇਸ਼ਰ ਇੱਦਾਂ ਦਾ ਸਮਾਂ ਨਾ ਲਿਆਵੇ, ਫਿਰ ਝੂਠਦਾ ਵੀ ਆ ਬੰਦਾ। ਇਸ ਕਰਕੇ ਤਾਂ ਇਹਨਾਂ ਨੇ ਸੁਧਾਰ ਲਹਿਰ ਨਹੀਂ ਸ਼ੁਰੂ ਕੀਤੀ, ਇਹ ਤਾਂ ਮੈਂ ਕਰਨਾ ਜਿਹੜੇ ਕਹਿੰਦੇ ਆ, ਇਹ ਤਾਂ ਕਰਪਸ਼ਨ ਸ਼ੁਰੂ ਕਰਤੀ ਇਹਨਾਂ ਨੇ। ਇਹ ਲਾਉਂਦੇ ਆ ਰੋਜ਼ ਦੋਸ਼ ਦੂਜਿਆਂ ਦੇ ਉੱਤੇ, ਦੋਸ਼ ਤਾਂ ਹੁਣ ਸਾਹਮਣੇ ਹੀ ਆ ਗਏ ਆ ਵੀ ਕਿੱਥੇ ਕਿੱਥੇ ਕੀ ਕਰਦੇ ਆ। ਮੈਂ ਤਾਂ ਕਹਿੰਦਾ ਕਿਉਂਕਿ ਮੈਂ ਉਹਨਾਂ ਨੂੰ ਹਾਲੇ ਵੀ ਸਨੇਮਰ ਬੇਨਤੀ ਕਰਦਾ, ਛੱਡ ਦਿਓ ਇਹ ਕੰਮ। ਦਰਅਸਲ ਇਹਨਾਂ ਪਾਰਟੀਆਂ ਦਾ ਮੁੱਖ ਮਕਸਦ ਬਾਗੀ ਧੜੇ ਨੂੰ ਜਿਤਾਉਣਾ ਹੈ, ਇਸ ਕਰਕੇ ਇਹ ਫੋਨ ਦੇ ਜ਼ਰੀਏ ਪੈਸੇ ਦੇਣ ਦੀ ਪੇਸ਼ਕਸ਼ ਕਰਦੇ ਨੇ ਔਰ ਐਸਜੀਪੀਸੀ ਮੈਂਬਰਾਂ ਨੂੰ ਖਰੀਦਣ ਦੀ ਵੀ ਕੋਸ਼ਿਸ਼ ਕਰਦੇ ਨੇ। ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 28 ਅਕਤੂਬਰ ਨੂੰ ਹੋਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਹਾਊਸ ਦੇ ਵਿੱਚ ਅਹੁਦੇਦਾਰਾਂ ਦੀ ਚੋਣ ਦੇ ਵਿੱਚ ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ MLA, MP ਅਤੇ ਸੀਨੀਅਰ ਆਗੂ ਸਿੱਧੇ ਤੌਰ 'ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਲਾਲਚ ਅਤੇ ਡਰਾ ਧਮਕਾ ਕੇ ਵਿਰੋਧੀ ਧਿਰ ਨੂੰ ਮਜ਼ਬੂਤ ਕਰਨ ਦੇ ਲਈ ਸਿੱਧੇ ਤੌਰ 'ਤੇ ਦਖਲ ਦੇ ਰਹੇ ਨੇ। ਦੱਸਦੇ ਕਿ ਬਾਗੀ ਧੜੇ ਨੇ ਬੀਬੀ ਜਗੀਰ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਔਰ ਸ਼੍ਰੋਮਣੀ ਅਕਾਲੀ ਦਲ ਨੇ ਚੌਥੀ ਵਾਰ ਹਰਜਿੰਦਰ ਸਿੰਘ ਧਾਮੀ 'ਤੇ ਭਰੋਸਾ ਕੀਤਾ, ਉਹਨਾਂ ਨੂੰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ। ਤਾਂ ਬਾਗੀ ਧੜਾ ਅਤੇ ਅਕਾਲੀ ਦਲ ਇਹਨਾਂ ਚੋਣਾਂ ਦੇ ਵਿੱਚ ਮੁੜ ਤੋਂ ਆਮੋ ਸਾਹਮਣੇ ਨੇ। ਹਾਲਾਂਕਿ ਪਹਿਲਾਂ ਵੀ ਬੀਬੀ ਜਗੀਰ ਕੌਰ ਚੋਣ ਲੜੇ ਸੀ ਔਰ ਉਹ ਹਾਰ ਗਏ। ਤੀਜੀ ਵਾਰ ਉਦੋਂ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ ਜਿੱਤੇ ਸੀ, ਤਾਂ ਹੁਣ ਫਿਰ ਚੌਥੀ ਵਾਰ ਚੋਣ ਲੜਨ ਜਾ ਰਹੇ ਨੇ ਔਰ 28 ਅਕਤੂਬਰ ਨੂੰ ਚੋਣਾਂ ਹੋਣਗੀਆਂ। ਚੋਣਾਂ ਤੋਂ ਐਨ ਪਹਿਲਾਂ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਵਿਰੋਧੀਆਂ 'ਤੇ ਇਲਜ਼ਾਮ ਲਗਾਏ ਗਏ ਨੇ। ਉਹਨਾਂ ਨੇ ਕਿਹਾ ਕਿ ਆਪ ਦਾ ਇੱਕ ਵਿਧਾਇਕ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਗੀਆਂ ਨੂੰ ਵੋਟ ਪਾਉਣ ਦੇ ਲਈ ਕਹਿ ਰਿਹਾ, ਕਾਂਗਰਸ ਦੇ ਵਿਧਾਇਕ ਵੀ ਸਿੱਧੇ ਤੌਰ 'ਤੇ ਇਸ ਦੇ ਵਿੱਚ ਸ਼ਾਮਲ ਨੇ। ਭਾਜਪਾ ਦੇ ਨਾਲ ਸਾਂਝ ਪਾਉਣ ਵਾਲਿਆਂ ਦੇ ਮੇਰੇ ਕੋਲ ਪੁਖਤਾ ਸਬੂਤ ਨੇ, ਸੋ ਇਹ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਦਾਅਵਾ ਕੀਤਾ ਗਿਆ। ਨਾਲ ਹੀ ਉਹਨਾਂ ਵਿਰੋਧੀਆਂ ਨੂੰ ਦੋ ਟੁੱਕ ਸੁਣਾ ਦਿੱਤਾ ਕਿ ਇਸ ਅੱਗ ਦੇ ਵਿੱਚ ਹੱਥ ਨਾ ਪਾਓ। ਅਤੇ ਮੈਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ, ਬੇਨਤੀ ਕਹੂੰਗੇ ਕਈ ਵਾਰੀ ਬੇਨਤੀ ਸ਼ਬਦ ਦੇ ਉੱਤੇ ਵੀ ਕਿੰਤੂ ਪ੍ਰੰਤੂ ਹੋ ਜਾਊਗਾ ਵੀ ਤੁਸੀਂ ਇਹ ਅੱਗ ਦੇ ਵਿੱਚ ਹੱਥ ਨਾ ਪਾਓ। ਜਿਹੜੀਆਂ ਵੀ ਤਾਕਤਾਂ ਨੇ ਜਦੋਂ ਵੀ ਕਦੇ ਸਿੱਖ ਪੰਥ ਦੇ ਵਿੱਚ ਅਤੇ ਖਾਸ ਕਰਕੇ ਸ਼੍ਰੋਮਣੀ ਕਮੇਟੀ 'ਚ ਹੱਥ ਪਾਇਆ, ਉਹ ਹੱਥ ਲੂਹ ਹੋ ਕੇ ਨਿਕਲੇ ਆ, ਜਿਹਦੇ ਜਿੰਦਾ ਸਬੂਤ ਸਾਡੇ ਸਾਹਮਣੇ ਆ। ਸੋ ਇਹ ਖਾਲਸਾ ਪੰਥ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਾਨ ਜਥੇਬੰਦੀ ਆ, ਇਹਦਾ ਪ੍ਰਬੰਧ ਸਿੱਖਾਂ ਕੋਲ ਰਹਿੰਦਾ, ਪਰ ਕਈ ਵਾਰੀ ਆਪਾਂ ਬਹਿਰੂਪੀਆਂ ਨੂੰ ਵਿੱਚ ਵਾੜ ਲੈਂਦੇ ਹਾਂ ਅਤੇ ਉਹਦਾ ਸਾਨੂੰ ਸਾਰਿਆਂ ਨੂੰ ਖਮਿਆਜ਼ਾ ਵੀ ਭੋਗਣਾ ਪੈਂਦਾ। ਤਾਂ ਸਿੱਧੇ ਤੌਰ 'ਤੇ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਬਾਗੀਆਂ ਨੂੰ, ਵਿਰੋਧੀ ਪਾਰਟੀਆਂ ਨੂੰ ਦੋ ਟੁੱਕ ਸੁਣਾ ਦਿੱਤਾ ਕਿ ਇਸ ਅੱਗ ਦੇ ਵਿੱਚ ਹੱਥ ਨਾ ਪਾਓ। ਉਹਨਾਂ ਦੇ ਇਲਜ਼ਾਮ ਨੇ ਕਿ ਐਸਜੀਪੀਸੀ ਮੈਂਬਰਾਂ ਨੂੰ ਖਰੀਦਣ ਦੀ, ਪੈਸੇ ਦਾ ਲਾਲਚ ਦੇਣ ਦੀ ਕੋਸ਼ਿਸ਼ ਆ ਜਿਹੜੀ ਕੀਤੀ ਜਾ ਰਹੀ ਹੈ, ਤਾਂ ਜੋ ਬਾਗੀ ਧੜੇ ਦਾ ਉਮੀਦਵਾਰ ਭਾਵ ਕਿ ਬੀਬੀ ਜਗੀਰ ਕੌਰ ਐਸਜੀਪੀਸੀ ਚੋਣਾਂ ਦੇ ਵਿੱਚ ਜਿੱਤ ਕੇ ਪ੍ਰਧਾਨ ਬਣ ਸਕੇ। ਤਾਂ ਇਹ ਇਲਜ਼ਾਮ ਨੇ ਜਿਹੜੇ ਲਗਾਏ ਗਏ ਨੇ। ਉਹਨਾਂ ਨੇ ਕਿਹਾ ਕਿ ਐਸਜੀਪੀਸੀ ਚੋਣਾਂ ਦੇ ਲਈ ਮੈਂਬਰਾਂ ਨੂੰ ਖਰੀਦਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ। ਕਿੰਨੇ ਕੁ ਅੱਜ ਸਿੱਖ ਪੰਥ ਵਿਰੋਧੀ ਕਿੰਨੀਆਂ ਕੁ ਜਥੇਬੰਦੀਆਂ ਜਿਹੜੀਆਂ ਅੱਜ ਤਰਲੋ ਮੱਛੀ ਹੋਈਆਂ ਆ,
चाहे वह भाजपा होवे, चाहे वह आप वाले होन, ते चाहे वह कांग्रेस होवे, ते चाहे आरएसएस होवे। मेरे को पुख्ता सबूत, कई बार कहते जी पुख्ता सबूत की आडे को, पुख्ता सबूत जेडे बीजेपी दे नाल सांझा रख के बैठे आ, ओही अज इस गल नूं, इस मुहिम नूं तार पीटो कर ले बड़े काले आ कि यह इलैक्शन दे विच एक धड़े की स्पैसिफिक तौर पर मदद करो। वह धड़ा मैनू ना लैण की लोड़ नहीं, वह तुसी मेरे तो बेहतर जानते हो। 28 अक्तूबर नूं चोणां होणगीआं और 2 दिन पहला ये इल्जाम ने जिहड़े हरजिंदर सिंह धामी दे वल्लों लगाए गए ने। उन्होंने कहा कि आरएसएस बीजेपी अते आप कांग्रेस मिल के चोण मैदान दे विच सीधे तौर पर दखल दे रहे ने और बागियां नूं जिताउण दे लई पूरी वाह लगा रहे ने। तां इह इल्जाम ने जिहड़े हरजिंदर सिंह धामी दे वल्लों लगाए गए ने विरोधी पार्टियां जां बागियां दे वल्लों, इन्हां इल्जामां ते की प्रतिक्रिया आवेगी, ये भी देखना होगा।